ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਦੀਪਕ ਭੰਡਾਰੀ ਅਤੇ ਤੁਸੀਂ ਦੇਖ ਰਹੇ ਹੋ D4 ਨਿਊਜ਼। ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ 25 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ ਇੱਕ ਵਾਰ ਫਿਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਇਹ ਖਬਰ ਸਾਹਮਣੇ ਆਈ ਹੈ, ਗਵਰਨਰ ਬਣਨ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਸਰਹੱਦੀ ਦੌਰਾ ਹੋਏਗਾ। ਤੁਹਾਨੂੰ ਯਾਦ ਹੀ ਹੋਣਾ ਕਿ ਕਿਸ ਤਰ੍ਹਾਂ ਪੰਜਾਬ ਦੇ ਸਾਬਕਾ ਗਵਰਨਰ ਬਨਵਾਰੀ ਲਾਲ ਪੁਰੋਹਿਤ ਲਗਾਤਾਰ ਸਰਹੱਦੀ ਇਲਾਕਿਆਂ ਦਾ ਦੌਰਾ ਕਰਦੇ ਸਨ ਅਤੇ ਲੋਕਾਂ ਨਾਲ ਮੁਲਾਕਾਤ ਵੀ ਕਰਦੇ ਸਨ। 6 ਕੋਲ ਉਹਨਾਂ ਨੇ ਆਪਣੇ ਗਵਰਨਰ ਰਹਿੰਦਿਆਂ ਦੌਰੇ ਕੀਤੇ ਸਨ ਅਤੇ ਇਸ ਦੌਰਾਨ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਹਨਾਂ ਦੀ ਅਣਬਣ ਕਹਿ ਸਕਦੇ ਹੋਈ ਸੀ, ਕਿਉਂਕਿ ਮੁੱਖ ਮੰਤਰੀ ਨਹੀਂ ਸਨ ਚਾਹੁੰਦੇ ਕਿ ਗਵਰਨਰ ਸਾਹਿਬ ਇੱਕ ਪੈਰਲਲ ਸਰਕਾਰ ਚਲਾਉਣ। ਪਰ ਜਿਸ ਤਰ੍ਹਾਂ ਉਹਨਾਂ ਨੇ ਲਗਾਤਾਰ ਸੰਪਰਕ ਬਣਾਈ ਰੱਖਿਆ ਸੀ, ਸਰਹੱਦੀ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਨਾਲ ਵੀ ਸੰਪਰਕ ਬਣਾਇਆ, ਕਿਸ ਤਰ੍ਹਾਂ ਉਹਨਾਂ ਨੇ ਕੁਝ ਕਮੇਟੀਆਂ ਦਾ ਵੀ ਗਠਨ ਕੀਤਾ ਸੀਗਾ, ਅਤੇ ਪੰਜਾਬ ਦੇ ਜਦੋਂ ਨਵੇਂ ਗਵਰਨਰ ਬਣੇ ਸਨ ਗੁਲਾਬ ਚੰਦ ਕਟਾਰੀਆ, ਅਤੇ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਪੁੱਛਿਆ ਸੀ ਕਿ ਤੁਸੀਂ ਸਰਹੱਦੀ ਇਲਾਕਿਆਂ ਦਾ ਦੌਰਾ ਕਰੋਗੇ, ਅਤੇ ਉਹਨਾਂ ਨੇ ਇਹ ਆਖਿਆ ਸੀ ਕਿ ਮੈਂ ਇੱਥੇ ਖਾਲੀ ਨਹੀਂ ਬੈਠਾਂਗਾ। ਹੁਣ ਇਹ ਖਬਰ ਆਈ ਹੈ ਕਿ 25 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ ਉਹ ਬਾਰਡਰ ਏਰੀਏ ਦੇ ਦੌਰੇ 'ਤੇ ਰਹਿਣਗੇ। ਇਹ ਜਿਹੜੀ ਸ਼ੁਰੂਆਤ ਹੈ ਉਹਨਾਂ ਦੇ ਦੌਰੇ ਦੀ ਹੋਏਗੀ ਫਿਰੋਜ਼ਪੁਰ ਤੋਂ, ਅਤੇ ਖਤਮ ਉਹਨਾਂ ਦਾ ਦੌਰਾ ਹੋਏਗਾ ਪਠਾਨਕੋਟ। ਅਤੇ ਸਾਰੀਆਂ ਤਿਆਰੀਆਂ ਪ੍ਰਸ਼ਾਸਨ ਨੇ ਸ਼ੁਰੂ ਕਰ ਦਿੱਤੀਆਂ, ਅਤੇ ਜਿੰਨੇ ਵੀ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਜਾਣਾ, ਜਿੱਥੇ ਜਿੱਥੇ ਬੈਠਕਾਂ ਕਰਨੀਆਂ, ਉੱਥੋਂ ਦੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਜਾਰੀ ਕੀਤੇ ਹੈ ਕਿ ਇਨ ਦੌਰੇ ਨੂੰ ਲੈ ਕੇ ਇੰਤਜ਼ਾਮ ਪੂਰੇ ਕੀਤੇ ਜਾਣ। ਕਿਸ ਤਰ੍ਹਾਂ ਗਵਰਨਰ ਕਟਾਰੀਆ ਦਾ ਇਹ ਪਹਿਲਾ ਦੌਰਾ, ਤੁਹਾਨੂੰ ਦੱਸਿਆ ਕਿ ਉਹ ਪਿੰਡਾਂ ਵਾਲਿਆਂ ਦੀਆਂ ਸਮੱਸਿਆਵਾਂ ਸੁਣਨਗੇ, ਉਹ ਸੰਪਰਕ ਬਣਾਉਣਾ ਚਾਹੁੰਦੇ ਆ ਕਿ ਆਖਿਰਕਾਰ ਸਰਹੱਦੀ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਕੀ ਮੁਸ਼ਕਲਾਂ ਜਿਹੜੀਆਂ ਆ ਰਹੀਆਂ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਗਵਰਨਰ ਸਾਹਿਬ ਦੇ ਦੌਰੇ ਰਾਸ ਨਹੀਂ ਆਉਂਦੇ, ਉਹਨਾਂ ਦਾ ਤਾਂ ਕਹਿਣਾ ਸੀ ਕਿ ਗਵਰਨਰ ਪੈਰਲ ਸਰਕਾਰ ਚਲਾਉਂਦੇ ਨੇ, ਕਿਤੇ ਫਿਰ ਹਾਲਾਤ ਪੰਜਾਬ ਦੇ ਪਹਿਲਾਂ ਵਾਂਗ ਨਾ ਹੋ ਜਾਣ। ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਲੈ ਕੇ ਕਿਸ ਤਰ੍ਹਾਂ ਉੱਥੇ ਨਸ਼ਾ, ਹਥਿਆਰਾਂ ਦੀ ਸਮਗਲਿੰਗ ਡਰੋਨ ਦੇ ਰਾਹੀਂ, ਉੱਥੇ ਹੀਰੋਇਨ, ਅਤੇ ਕਈ ਵਾਰ ਇਹ ਸਾਹਮਣੇ ਆ ਚੁੱਕਿਆ ਹੀਰੋਇਨ ਦੇ ਨਾਲ ਨਾਲ ਹਥਿਆਰ ਵੀ ਡਰੋਨ ਰਾਹੀਂ ਉੱਥੋਂ ਭੇਜੇ ਜਾ ਚੁੱਕੇ ਨੇ। BSF ਨੇ ਤਾਂ ਇੱਕ ਵਾਰ ਇਹ ਵੀ ਮਾਮਲਾ ਫੜਿਆ ਸੀ ਕਿ ਪਹਿਲੇ ਤਾਂ ਹੁੰਦਾ ਸੀ ਕਿ ਪਾਕਿਸਤਾਨੋਂ ਡਰੋਨ ਆਉਂਦਾ ਅਤੇ ਇੱਥੇ ਜਿਹੜੀ ਇਹ ਡਿਲੀਵਰੀ ਹੁੰਦੀ ਹੈ, ਅਤੇ BSF ਨੇ ਇੱਕ ਐਸਾ ਮਾਮਲਾ ਫੜਿਆ ਸੀ ਕਿ ਇੱਥੋਂ ਡਰੋਨ ਭੇਜਿਆ ਜਾਂਦਾ ਸੀ ਅਤੇ ਉੱਥੋਂ ਜਿਹੜੇ ਹਥਿਆਰ ਅਤੇ ਨਸ਼ਾ ਮੰਗਾਇਆ ਜਾਂਦਾ ਸੀ। ਸਮਗਲਿੰਗ ਇੱਕ ਬਹੁਤ ਵੱਡੀ ਸਮੱਸਿਆ ਹੈ। ਸਾਬਕਾ ਜਿਹੜੇ ਗਵਰਨਰ ਨੇ ਬਨਵਾਰੀ ਲਾਲ ਪੁਰੋਹਿਤ ਜਿਹੜੇ ਰਹਿ ਚੁੱਕੇ ਨੇ ਪੰਜਾਬ ਦੇ, ਉਹਨਾਂ ਨੇ ਤਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰ 'ਤੇ ਸਵਾਲ ਜਿਹੜੇ ਚੁੱਕ ਦਿੱਤੇ ਸਨ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਪਹਿਲੇ ਜਿਹੜਾ ਨਸ਼ਾ ਬੱਚਿਆਂ ਨੂੰ ਕਾਲਜਾਂ 'ਚ ਮਿਲਦਾ ਸੀ ਅਤੇ ਹੁਣ ਇਹ ਨਸ਼ਾ ਸਕੂਲਾਂ ਦੇ ਵਿੱਚ ਵੀ ਮਿਲਣ ਲੱਗ ਪਿਆ। ਉਹਨਾਂ ਦਾ ਤਾਂ ਇਹ ਵੀ ਕਹਿਣਾ ਸੀ ਕਿ ਨਸ਼ਾ ਪਿੰਡਾਂ 'ਚ ਇੰਝ ਵਿਕਦਾ ਜਿਵੇਂ ਕਿਸੇ ਕਰਿਆਨੇ ਦੀ ਦੁਕਾਨ 'ਤੇ ਟੁੱਥਪੇਸਟ ਵਿਕਦਾ ਹੋਵੇ। ਹਾਲਾਂਕਿ ਬਾਅਦ ਦੇ ਵਿੱਚ ਜਦੋਂ ਉਹ ਲਗਾਤਾਰ ਆਉਂਦੇ ਰਹੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨ, ਅਤੇ ਉਹ ਕਹਿੰਦੇ ਰਹੇ ਕਿ ਪਹਿਲੋਂ ਨਾਲ ਲੋਕ ਜਿਹੜੇ ਨੇ ਸਾਨੂੰ ਸੂਚਨਾਵਾਂ ਵੀ ਦੇ ਰਹੇ ਨੇ ਅਤੇ ਸਾਨੂੰ ਇੱਥੇ ਆਉਣ ਦਾ ਫਾਇਦਾ ਵੀ ਹੋ ਰਿਹਾ। ਉਹਨਾਂ ਨੇ ਇਲੀਗਲ ਮਾਈਨਿੰਗ ਦਾ ਵੀ ਮੁੱਦਾ ਚੁੱਕਿਆ ਸੀ, ਜਿਸ ਤੋਂ ਬਾਅਦ ਲਗਾਤਾਰ ਸਰਕਾਰ ਦੇ ਵਿੱਚ ਅਤੇ ਰਾਜਪਾਲ ਸਾਹਿਬ ਦੇ ਵਿੱਚ ਇੱਕ ਜਿਹੜੀ ਹੈ ਖਿੱਚੋਤਾਣ ਵੱਧ ਗਈ ਸੀ। ਹਾਲਾਂਕਿ ਰਾਜਪਾਲ ਅਤੇ ਮੁੱਖ ਮੰਤਰੀ ਦੇ ਵਿੱਚ ਜਿਵੇਂ ਟਿੱਪਣੀਆਂ ਵੀ ਹੋਈਆਂ ਸਨ, ਮੁੱਖ ਮੰਤਰੀ ਨੇ ਤਾਂ ਇੱਕ ਵਾਰ ਉਹਨਾਂ ਦੇ ਸਰਹੱਦੀ ਦੌਰੇ ਨੂੰ ਲੈ ਕੇ ਆਖਿਆ ਸੀ ਕਿ ਉਹ ਸਾਡਾ ਹੈਲੀਕਾਪਟਰ ਲੈ ਕੇ ਜਾਂਦੇ ਨੇ ਅਤੇ ਫਿਰ ਸਾਨੂੰ ਹੀ ਗੱਲਾਂ ਕਰਦੇ ਨੇ, ਅਤੇ ਇਸ ਤੋਂ ਬਾਅਦ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਖਤਾ ਸੀ ਉਹ ਜਦੋਂ ਵੀ ਹੁਣ ਕਿਤੇ ਜਾਣਗੇ ਉਹ ਕਦੀ ਵੀ ਪੰਜਾਬ ਸਰਕਾਰ ਦਾ ਹੈਲੀਕਾਪਟਰ ਨਹੀਂ ਲੈ ਕੇ ਜਾਣਗੇ। ਹੁਣ ਸਵਾਲ ਇਹ ਉੱਠਦਾ ਕਿ ਕੀ ਸਰਕਾਰੀ ਜਿਹੜੀਆਂ ਏਜੰਸੀਆਂ ਨੇ ਸਰਹੱਦੀ ਦੌਰਿਆਂ ਦੇ ਕੋਲ, ਜਿਹੜੀਆਂ ਏਜੰਸੀਆਂ ਜਾਂ ਜਿਹੜੇ ਏਜੰਟ ਕੰਮ ਕਰਦੇ ਨੇ, ਉਹ ਫੀਡਬੈਕ ਸੈਂਟਰ ਗੌਰਮੈਂਟ ਤੱਕ ਨਹੀਂ ਪਹੁੰਚਾ ਰਹੀਆਂ,
ਤਾਂ ਹੀ ਜਿਹੜੇ ਪੰਜਾਬ ਦੇ ਗਵਰਨਰ ਨੇ ਪਹਿਲੇ ਬਨਵਾਰੀ ਲਾਲ ਪੁਰੋਹਿਤ ਅਤੇ ਹੁਣ ਗੁਲਾਬ ਚੰਦ ਕਟਾਰੀਆ, ਇਹਨਾਂ ਨੂੰ ਲੋਕਾਂ ਦੇ ਨਾਲ ਸੰਪਰਕ ਬਣਾਉਣਾ ਪੈ ਰਿਹਾ। ਕੁਝ ਦਿਨ ਪਹਿਲਾਂ ਇਹ ਨਵੇਂ ਗਵਰਨਰ ਗੁਲਾਬ ਚੰਦ ਕਟਾਰੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਆਏ ਸਨ। ਉਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸੀ ਅਤੇ ਆਖਿਆ ਸੀ ਤੁਸੀਂ ਅੱਜ ਕੋਈ ਪੋਲੀਟੀਕਲ ਸਵਾਲ ਨਾ ਕਰਿਓ, ਅਤੇ ਪੱਤਰਕਾਰਾਂ ਨੇ ਕੋਈ ਪੋਲੀਟੀਕਲ ਸਵਾਲ ਪੁੱਛਿਆ ਵੀ ਨਹੀਂ ਸੀ। ਹੁਣ ਸਰਹੱਦੀ ਇਲਾਕਿਆਂ ਦਾ ਦੌਰਾ ਗਵਰਨਰ ਸਾਹਿਬ ਸ਼ੁਰੂ ਕਰਨਗੇ, ਅਸੀਂ ਤਾਂ ਇਹੋ ਹੀ ਕੋਸ਼ਿਸ਼ ਜਿਹੜੀ ਹੈ ਸਾਡੀ ਬੇਨਤੀ ਵੀ ਹੋਏਗੀ ਕਿ ਹਾਲਾਤ ਪਹਿਲੇ ਵਰਗੇ ਨਾ ਬਣ ਜਾਣ, ਦੋਨਾਂ ਦੇ ਵਿੱਚ ਪੰਜਾਬ ਸਰਕਾਰ ਅਤੇ ਗਵਰਨਰ ਸਾਹਿਬ ਦੇ ਵਿੱਚ ਹਾਲਾਤ ਜਿਹੜੇ ਹੈ ਮਾਹੌਲ ਜਿਹੜਾ ਉਹ ਸੁਖਾਵਾਂ ਰਹਿਣਾ ਚਾਹੀਦਾ। ਫਿਰੋਜ਼ਪੁਰ ਦੇ ਵਿੱਚ ਕੁਝ ਦਿਨ ਪਹਿਲੇ ਕਤਲ ਹੋਇਆ ਸੀ, 3 ਬੰਦਿਆਂ ਨੂੰ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ, ਜਿਨ੍ਹਾਂ ਦੇ ਵਿੱਚੋਂ 1 ਔਰਤ ਵੀ ਸ਼ਾਮਿਲ ਸੀ ਜਿਸ ਦਾ ਕਿ ਕੁਝ ਦਿਨ ਬਾਅਦ ਵਿਆਹ ਹੋਣਾ ਸੀ। 7 ਸ਼ੂਟਰਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ। ਪੰਜਾਬ ਪੁਲਿਸ ਨੇ ਫਿਰੋਜ਼ਪੁਰ ਦੇ ਵਿੱਚ ਹੋਏ 3 ਕਤਲਾਂ ਨੂੰ ਲੈ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਜਾਣਕਾਰੀ ਮਿਲੀ ਹੈ ਕਿ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਔਰੰਗਾਬਾਦ ਪੁਲਿਸ ਦੀ ਸਾਂਝੀ ਕਾਰਵਾਈ ਦੇ ਕਾਰਨ ਫਿਰੋਜ਼ਪੁਰ ਦੇ ਵਿੱਚ ਇਹ 13 ਕਤਲਕਾਂਡ ਦੇ 7 ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਨੇ। ਕੁਝ ਦਿਨ ਪਹਿਲਾਂ ਫਿਰੋਜ਼ਪੁਰ ਦੇ ਅਕਾਲਗੜ੍ਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਚਿੱਟੇ ਰੰਗ ਦੀ ਕਾਰ ਵਿੱਚ ਸਵਾਰ ਕੁਝ ਵਿਅਕਤੀਆਂ ਦੇ ਉੱਤੇ ਹਮਲਾਵਰ ਵੱਲੋਂ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਦੇ ਵਿੱਚ 2 ਨੌਜਵਾਨਾਂ ਦੀ ਅਤੇ 1 ਲੜਕੀ ਦੀ ਮੌਤ ਹੋ ਗਈ ਸੀ ਅਤੇ 2 ਗੰਭੀਰ ਰੂਪ 'ਚ ਜ਼ਖਮੀ ਵੀ ਹੋਏ ਸਨ। ਇਸ ਮਾਮਲੇ ਦੇ ਵਿੱਚ ਸੀਸੀ ਜਿਹੜੀ ਟੀਵੀ ਵੀਡੀਓ ਸਾਹਮਣੇ ਆਈ ਸੀਗੀ ਅਤੇ ਦੇਖਿਆ ਜਾ ਸਕਦਾ ਸੀ ਜਿਸ ਦੇ ਵਿੱਚ ਕਿ ਕਿਸ ਤਰ੍ਹਾਂ ਕੁਝ ਜਿਹੜੇ ਹਮਲਾਵਰ ਨੇ ਉਹ ਅੰਨੇਵਾਹ ਇਸ ਕਾਰ ਦੇ ਉੱਤੇ ਫਾਇਰਿੰਗ ਕਰ ਰਹੇ ਨੇ। ਇਹ 2 ਮੋਟਰਸਾਈਕਲਾਂ 'ਤੇ ਆਏ ਸਨ, ਪਹਿਲੇ ਤਾਂ ਇਹ ਕੁਝ ਦੇਰ ਖੜ੍ਹੇ ਰਹਿੰਦੇ ਨੇ ਅਤੇ ਫੋਨ 'ਤੇ ਗੱਲ ਕਰਦੇ ਨੇ ਜਿਵੇਂ ਉਹ ਕਿਸੇ ਕੋਲੋਂ ਡਾਇਰੈਕਸ਼ਨ ਲੈਂਦੇ ਹੋਣ। ਜਿਵੇਂ ਹੀ ਕਾਰ ਮੋੜ 'ਤੇ ਆਉਂਦੀ ਹੈ ਅਤੇ ਇਹਨਾਂ ਵੱਲੋਂ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ। ਪੁਲਿਸ ਕੋਲ ਜਿਹੜੀ ਸ਼ਿਕਾਇਤ ਦਿੱਤੀ ਗਈ ਸੀ ਉਹਦੇ 'ਚ ਦੱਸਿਆ ਗਿਆ ਸੀ ਕਿ ਚਰਨਜੀਤ ਕੌਰ ਵੱਲੋਂ ਕਿ ਅਕਾਲਗੜ੍ਹ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਉਹ ਬਾਹਰ ਖਲੋ ਕੇ ਆਪਣੇ ਬੱਚਿਆਂ ਦਾ ਇੰਤਜ਼ਾਰ ਕਰ ਰਹੀ ਸੀ। ਕਾਰ ਦੇ ਵਿੱਚ ਉਹਦਾ ਬੇਟਾ ਦਿਲਦੀਪ ਸਿੰਘ, ਭਤੀਜੀ ਜਸਪ੍ਰੀਤ ਕੌਰ, ਭਤੀਜਾ ਅਨਮੋਲ ਸਿੰਘ ਅਤੇ ਦੋਸਤ ਆਕਾਸ਼ਦੀਪ ਅਤੇ ਹਰਪ੍ਰੀਤ ਉਰਫ ਜੰਟੀ ਬੈਠੇ ਸਨ। ਅਜੇ ਉਹਨਾਂ ਦੀ ਕਾਰ ਰੁਕੀ ਸੀ ਅਤੇ ਉਸੇ ਵੇਲੇ 3 ਮੋਟਰਸਾਈਕਲਾਂ 'ਤੇ 3-3 ਜਿਹੜੇ ਹਮਲਾਵਰ ਆਉਂਦੇ ਨੇ, ਸਾਰਿਆਂ ਨੇ ਕਾਰ ਨੂੰ ਘੇਰ ਲਿਆ ਅਤੇ ਉਹਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਤੱਕ ਪਤਾ ਲੱਗਦਾ ਇਹ ਗੋਲੀਆਂ ਚਲਾ ਕੇ ਉੱਥੋਂ ਫਰਾਰ ਹੋ ਗਏ ਨੇ। ਇਸ ਵਾਰਦਾਤ ਦੇ ਵਿੱਚ ਲੜਕੀ ਜਸਪ੍ਰੀਤ ਕੌਰ ਦੀ ਮੌਕੇ 'ਤੇ ਮੌਤ ਹੋ ਗਈ ਸੀ, ਜਿਹੜਾ ਉਹਦਾ ਬੇਟਾ ਦਿਲਦੀਪ ਸਿੰਘ ਅਤੇ ਉਹਦਾ ਦੋਸਤ ਆਕਾਸ਼ਦੀਪ ਇਹਨਾਂ ਨੂੰ ਹਸਪਤਾਲ 'ਚ ਲਿਜਾਇਆ ਗਿਆ ਸੀ ਜਿੱਥੇ ਉਹਨਾਂ ਦੀ ਮੌਤ ਹੋਈ। ਅਤੇ ਇਸ ਘਟਨਾ ਦੇ ਵਿੱਚ ਅਨਮੋਲ ਅਤੇ ਜੰਟੀ ਜਿਹੜੇ ਹੈ ਉਹ ਜ਼ਖਮੀ ਹੋਏ ਸਨ। ਇਹ ਵੀ ਪਤਾ ਲੱਗਿਆ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਆਸ਼ੀਸ਼ ਚੋਪੜਾ ਅਤੇ ਹੈਪੀ ਮਾਲਿਆ ਇਹਨਾਂ ਦੇ ਨਾਲ ਦਿਲਦੀਪ ਸਿੰਘ ਦਾ ਪੁਰਾਣਾ ਕੋਈ ਰੰਜਿਸ਼ ਚੱਲ ਰਹੀ ਹੈ, ਪੁਰਾਣਾ ਕੋਈ ਝਗੜਾ ਚੱਲ ਰਿਹਾ, ਜਿਸ ਕਾਰਨ ਉਹਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਇਸ ਮਹਿਲਾ ਦਾ ਇਹ ਕਹਿਣਾ ਸੀ ਉਹ ਸਾਰੇ ਹਮਲਾਵਰਾਂ ਨੂੰ ਪਛਾਣਦੀ ਹੈ, ਜਦੋਂ ਉਹ ਸਾਹਮਣੇ ਆਉਣਗੇ ਤਾਂ ਉਹਨਾਂ ਨੂੰ ਪਛਾਣ ਲਏਗੀ। ਸਵਾਲ ਇਹ ਹੈ ਕਿ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ, ਗੈਂਗਵਾਰ ਗੈਂਗਸਟਰ ਕਲਚਰ ਪੰਜਾਬ ਦਾ ਬੇੜਾ ਗਰਕ ਕਰ ਰਿਹਾ। ਪੁਲਿਸ ਵੱਲੋਂ ਉੱਥੋਂ ਘਟਨਾ ਸਥਲ ਤੋਂ ਇੱਕ ਚਿੱਟੇ ਰੰਗ ਦੀ ਵਰਨਾ ਕਾਰ, 30 ਬੋਰ ਦੀ ਇੱਕ ਪਿਸਤੌਲ, 30 ਬੋਰ ਦੇ 2 ਮੈਗਜ਼ੀਨ ਅਤੇ 32 ਬੋਰ ਦਾ ਇੱਕ ਜਿਹੜਾ ਮੈਗਜ਼ੀਨ ਅਤੇ 7 ਰਾਊਂਡ ਅਤੇ ਖੋਲ ਬਰਾਮਦ ਕੀਤੇ ਸਨ। ਹੁਣ ਮੁਲਜ਼ਮਾਂ ਨੂੰ ਔਰੰਗਾਬਾਦ ਤੋਂ ਕਾਬੂ ਕਰ ਦਿੱਤਾ ਗਿਆ। ਔਰੰਗਾਬਾਦ ਕ੍ਰਾਈਮ ਬ੍ਰਾਂਚ ਨੇ ਦਿਨ ਦਿਹਾੜੇ ਇਹ 3 ਕਤਲ ਕਰਨ ਵਾਲੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਇਨਪੁੱਟ ਸੀਗੇ। 6 ਮੁਲਜ਼ਮ ਔਰੰਗਾਬਾਦ ਦੇ ਵਿੱਚ ਲੁਕੇ ਹੋਏ ਨੇ। ਇਸ ਤੋਂ ਬਾਅਦ ਇਸ ਦੀ ਸੂਚਨਾ ਔਰੰਗਾਬਾਦ ਕ੍ਰਾਈਮ ਬ੍ਰਾਂਚ ਦੇ ਨਾਲ ਸਾਂਝੀ ਕੀਤੀ ਗਈ ਅਤੇ ਸਾਂਝਾ ਆਪਰੇਸ਼ਨ ਕਰਕੇ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ।
ਪੰਜਾਬ ਪੁਲਿਸ ਦੀ ਟੀਮ ਅੱਜ ਬਾਅਦ ਦੁਪਹਿਰ ਇਹਨਾਂ ਨੂੰ ਲੈਣ ਵਾਸਤੇ ਔਰੰਗਾਬਾਦ ਰਵਾਨਾ ਹੋ ਗਈ। ਜਾਣਕਾਰੀ ਜਿਹੜੀ ਸਾਹਮਣੇ ਆਈ ਹੈ, ਪੰਜਾਬ ਪੁਲਿਸ ਲਗਾਤਾਰ ਇਹਨਾਂ ਨੂੰ ਟਰੇਸ ਕਰ ਰਹੀ ਸੀ ਅਤੇ ਔਰੰਗਾਬਾਦ ਦੀ ਟੀਮ ਦੇ ਵਿੱਚ ਦੇ ਨਾਲ ਸੰਪਰਕ ਦੇ ਵਿੱਚ ਸੀ। ਇਸ ਦੌਰਾਨ ਪੁਲਿਸ ਨੂੰ ਇੱਕ ਜਾਣਕਾਰੀ ਮਿਲੀ ਸੀ, ਇਹ ਸਾਰੇ MH ਨੰਬਰ ਇੱਕ ਇਨੋਵਾ ਕਾਰ ਦੇ ਵਿੱਚ ਸਵਾਰ ਹੋ ਕੇ ਇੱਕ ਪਿੰਡ ਤੋਂ ਜਾ ਰਹੇ ਸਨ ਅਤੇ ਔਰੰਗਾਬਾਦ ਕ੍ਰਾਈਮ ਬ੍ਰਾਂਚ ਅਤੇ ਸਿਕਿਉਰਿਟੀ ਦੀ ਟੀਮ ਨੇ ਇਹਨਾਂ ਲੋਕਾਂ ਨੂੰ ਚਾਰੋਂ ਪਾਸੇ ਘੇਰਾ ਪਾ ਕੇ ਗ੍ਰਿਫਤਾਰ ਕਰ ਲਿਆ। ਪੰਜਾਬ ਦਾ ਤੁਸੀਂ ਹਾਲ ਦੇਖ ਲਓ। ਹੁਣ ਲੋਕਾਂ ਨੂੰ ਇਨਸਾਫ ਲੈਣ ਵਾਸਤੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਹੰਗਾਮਾ ਕਰਨਾ ਪਿਆ ਹੈ, MLA ਦਾ ਪੁਤਲਾ ਸਾੜਿਆ ਅਤੇ ਗੱਡੀ ਦੇ ਅੱਗੇ ਲੇਟੇ। ਤਾਂ ਇੱਕ ਪਾਸੇ ਤਾਂ ਪੱਛਮ ਬੰਗਾਲ ਦੇ ਕੋਲਕਾਤਾ ਦੇ RG ਘਰ ਮੈਡੀਕਲ ਕਾਲਜ ਦੇ ਵਿੱਚ ਡਾਕਟਰ ਦਾ ਰੇਪ ਹੁੰਦਾ ਹੈ ਅਤੇ ਉਸ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਜਾਂਦਾ, ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਡਾਕਟਰਾਂ ਨੇ ਹੜਤਾਲ ਕਰ ਦਿੱਤੀ ਸੀ ਅਤੇ ਪੂਰਾ ਬਵਾਲ ਮਚਿਆ ਹੋਇਆ। ਦਰਿੰਦਿਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਹਰ ਰੋਜ਼ ਮਹਿਲਾਵਾਂ ਦਾ ਸ਼ੋਸ਼ਣ ਕਰਨ ਦੀਆਂ ਖਬਰਾਂ ਸਾਹਮਣੇ ਆਉਂਦੀਆਂ। ਇਹ ਘਟਨਾ ਲੁਧਿਆਣੇ ਦੀ ਹੈ, ਜਿੱਥੇ ਇੱਕ ਮਾਂ ਨੂੰ ਆਪਣੀ ਧੀ ਨੂੰ ਇਨਸਾਫ ਦਿਵਾਉਣ ਵਾਸਤੇ ਪੁਲਿਸ ਕਮਿਸ਼ਨਰ ਦੇ ਬਾਹਰ ਧਰਨਾ ਦੇਣਾ ਪੈ ਰਿਹਾ। ਅੱਜ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਹੰਗਾਮਾ ਹੋਇਆ। ਇਹ ਰੇਪ ਦੀ ਜਿਹੜੀ ਪੀੜਿਤ ਹੈ ਬੱਚੀ, ਉਹਦੇ ਸਮਰਥਨ ਦੇ ਵਿੱਚ ਕੁਝ ਲੋਕਾਂ ਨੇ ਉੱਥੋਂ ਦੀ MLA ਰਜਿੰਦਰਪਾਲ ਕੌਰ ਛੀਨਾ ਦਾ ਪੁਤਲਾ ਸਾੜਿਆ, ਉਹਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਅਤੇ ਹੰਗਾਮਾ ਕਰਨ ਵਾਲੇ ਲੋਕਾਂ ਨੂੰ ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਅਤੇ ਪ੍ਰਦਰਸ਼ਨ ਕਰਨ ਵਾਲਿਆਂ ਦੇ ਵਿੱਚ ਹਲਕੀ ਬਹਿਸ ਵੀ ਹੋਈ ਅਤੇ ਕੁਝ ਪ੍ਰਦਰਸ਼ਨਕਾਰੀ ਪੁਲਿਸ ਦੀ ਗੱਡੀ ਦੇ ਅੱਗੇ ਲੇਟ ਵੀ ਗਏ, ਜਿਸ ਤੋਂ ਬਾਅਦ MLA ਰਜਿੰਦਰਪਾਲ ਕੌਰ ਛੀਨਾ ਦੇ ਪਤੀ ਹਰਪ੍ਰੀਤ ਸਿੰਘ ਛੀਨਾ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਆਖਿਆ ਬੱਚੀ ਜਿਸ ਦੇ ਨਾਲ ਲੋਕਾਂ ਵੱਲੋਂ ਰੇਪ ਕੀਤਾ ਗਿਆ, ਇਸ ਬਾਰੇ ਉਹਨਾਂ ਨੂੰ ਕੁਝ ਪਤਾ ਨਹੀਂ ਹੈ। ਹਜੇ ਪੀੜਿਤ ਪਰਿਵਾਰ ਉਹਨਾਂ ਕੋਲ ਆਇਆ ਨਹੀਂ। ਜਿਸ ਦਿਨ ਪੀੜਿਤ ਪਰਿਵਾਰ ਉਹਨਾਂ ਕੋਲ ਆਏਗਾ ਅਤੇ ਉਹਨਾਂ ਦੀ ਸਮੱਸਿਆ ਜ਼ਰੂਰ ਸੁਣੀ ਜਾਏਗੀ। ਸਵਾਲ ਇਹ ਹੈ ਕਿ ਜੇ ਤੁਹਾਨੂੰ ਪਤਾ ਲੱਗ ਗਿਆ ਕਿ ਕਿਸੇ ਬੱਚੀ ਨਾਲ ਕੁਛ ਅਣਹੋਣੀ ਹੋਈ ਹੈ, ਤੁਸੀਂ ਉਹਨਾਂ ਨੂੰ ਸੰਪਰਕ ਕਰੋ। ਤੁਸੀਂ MLA ਕਾਹਦੇ ਜੇ, ਤੁਹਾਡੀ ਧਰਮਪਤਨੀ MLA ਹੈ, ਇਸ ਕਰਕੇ ਵੀ ਲੋਕ ਤੁਹਾਡੇ ਘਰ ਦੇ ਅੱਗੇ ਆ ਕੇ ਤੁਹਾਡੇ ਕੋਲ ਗੁਹਾਰ ਲਗਾਉਣ। ਜੇ ਤੁਹਾਨੂੰ ਪਤਾ ਲੱਗਦਾ ਕਿਸੇ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਤੁਹਾਨੂੰ ਤਾਂ ਆਪ ਉਹਨਾਂ ਨਾਲ ਸੰਪਰਕ ਕਰਨਾ ਚਾਹੀਦਾ। ਹਾਲਾਂਕਿ ਹਰਪ੍ਰੀਤ ਸਿੰਘ ਦਾ ਕਹਿਣਾ ਕਿ ਪੁਲਿਸ ਕਮਿਸ਼ਨਰ ਨਾਲ ਗੱਲ ਕੀਤੀ ਜਾਏਗੀ ਅਤੇ ਬੱਚੀ ਨੂੰ ਇਨਸਾਫ਼ ਦਿਵਾਉਣ ਵਾਸਤੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਏਗਾ। ਅਤੇ ਆਮ ਆਦਮੀ ਪਾਰਟੀ ਇਸ ਬੱਚੀ ਅਤੇ ਉਹਦੇ ਪਰਿਵਾਰ ਦੇ ਨਾਲ ਹੈ। ਕੁਛ ਸ਼ਰਾਰਤੀ ਲੋਕ ਜਿਹੜੇ ਨੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੀ ਜਿਹੜੀ ਹੈ ਛਵੀ ਹੈ ਚੰਗੀ, ਉਹਨੂੰ ਖਰਾਬ ਕਰਨਾ ਚਾਹੁੰਦੇ ਨੇ। ਉਹ ਕਹਿੰਦੇ ਹੈ ਪੁਲਿਸ ਕਮਿਸ਼ਨਰ ਨੂੰ ਵੀ ਆਖਿਆ ਜਾਏਗਾ ਕਿ ਸ਼ਰਾਰਤੀ ਜਿਹੜੇ ਲੋਕ ਨੇ, ਸ਼ਰਾਰਤੀ ਤੱਤਵ ਨੇ, ਉਹਨਾਂ 'ਤੇ ਨਕੇਲ ਪਾਈ ਜਾਏ ਅਤੇ ਸਾਡੇ ਵੱਲੋਂ ਪੀੜਿਤ ਪਰਿਵਾਰ ਦੀ ਪੂਰੀ ਮਦਦ ਕੀਤੀ ਜਾਏਗੀ। ਇਸ ਮਾਮਲੇ ਵਿੱਚ ਸਮਾਜ ਸੇਵੀ ਕੁਝ ਸਾਹਮਣੇ ਆਏ ਨੇ। ਉਹਨਾਂ ਦਾ ਕਹਿਣਾ ਕਿ ਪੀੜਿਤ ਬੱਚੀ ਦੇ ਪਰਿਵਾਰ ਨੂੰ ਕੁਛ ਲੋਕ ਮਤਲਬ ਗਲਤ ਗੱਲਾਂ ਕਰ ਰਹੇ ਨੇ, ਉਹਨਾਂ ਨੂੰ ਬਹਿਲਾ ਕੇ ਉਹਨਾਂ ਕੋਲੋਂ ਇੱਧਰ ਉੱਧਰ ਦੀ ਬਿਆਨਬਾਜ਼ੀ ਕਰਵਾ ਰਹੇ ਨੇ। ਮਾਹੌਲ ਖਰਾਬ ਕਰਨ ਵਾਲਾਂ 'ਤੇ ਪੁਲਿਸ ਨੂੰ ਐਕਸ਼ਨ ਲੈਣਾ ਚਾਹੀਦਾ। ਬੱਚੀ ਨੂੰ ਇਨਸਾਫ਼ ਦਿਵਾਉਣ ਵਾਸਤੇ ਹਰ ਸੰਭਵ ਪ੍ਰਯਾਸ ਕੀਤਾ ਜਾਏਗਾ। ਉਹ ਕਹਿੰਦੇ ਵੀ ਬੱਚੀ ਨੂੰ ਲੈ ਕੇ ਥਾਂ ਥਾਂ ਜਾਣਾ ਠੀਕ ਨਹੀਂ। ਪਰਿਵਾਰ ਨੂੰ ਇਹ ਸਮਝਣਾ ਚਾਹੀਦਾ ਕਿ ਕਾਨੂੰਨ ਦੇ ਉੱਤੇ ਕੁਝ ਵੀ ਨਹੀਂ ਹੈ। ਦੂਜੇ ਪਾਸੇ ਇਸ ਪੀੜਿਤ ਬੱਚੀ ਦੀ ਮਾਂ ਦਾ ਆਰੋਪ ਹੈ ਕਿ ਉਹਦੀ 13 ਸਾਲ ਦੀ ਕੁੜੀ ਦੇ ਨਾਲ 4 ਲੋਕਾਂ ਨੇ ਮਿਲ ਕੇ ਗੈਂਗਰੇਪ ਕੀਤਾ। ਹਿਊਮਨ ਰਾਈਟਸ ਦਫ਼ਤਰ ਦੇ ਕੋਲ ਚੰਡੀਗੜ੍ਹ ਦੇ ਵਿੱਚ ਆਰੋਪੀਆਂ ਨੇ ਉਹਦੀ ਬੇਟੀ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੀ ਵੀਡੀਓ ਵੀ ਉਹਦੇ ਕੋਲ ਹੈ, ਜਿਹਦੇ ਵਿੱਚ ਆਰੋਪੀ ਭੱਜਦੇ ਦਿਖ ਰਹੇ ਨੇ। ਇਸ ਔਰਤ ਦਾ ਕਹਿਣਾ ਹੈ ਕਿ ਉਹ ਥਾਣਿਆਂ ਦੇ ਚੱਕਰ ਲਾ ਲਾ ਕੇ ਪਰੇਸ਼ਾਨ ਹੋ ਗਈ ਹੈ, ਇਸੇ ਕਰਕੇ ਉਹ ਆਪਣੀ ਪੀੜਿਤ ਬੱਚੀ ਦੇ ਨਾਲ ਹੁਣ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਅੱਗੇ ਧਰਨਾ ਦੇ ਰਹੀ ਹੈ। ਦੂਜੇ ਪਾਸੇ ਉਹਦਾ ਇਹ ਵੀ ਆਰੋਪ ਹੈ ਕਿ ਆਰੋਪੀ ਖੁੱਲ੍ਹੇਆਮ ਘੁੰਮ ਰਹੇ ਨੇ। ਉਹਨਾਂ ਲੋਕਾਂ ਨੇ ਜਿਹੜੇ 4 ਜਿਨ੍ਹਾਂ ਨੇ ਆਰੋਪੀ ਨੇ ਉਹਨੇ ਇਹਨਾਂ ਦੇ ਨਾਂ ਪੁਲਿਸ ਨੂੰ ਦੱਸੇ ਸਨ ਅਤੇ ਪੁਲਿਸ ਨੇ ਸਿਰਫ 2 ਦੇ ਖਿਲਾਫ਼ ਮਾਮਲਾ ਦਰਜ ਕੀਤਾ। ਹੁਣ
ਇਹ ਬੱਚੀ ਦੀ ਮਾਂ ਦਾ ਕਹਿਣਾ ਕਿ ਚੰਡੀਗੜ੍ਹ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਇੱਕ ਬੱਚੀ ਦੀ ਡਿਲੀਵਰੀ ਕਰਾਈ ਗਈ ਸੀ ਅਤੇ ਬੱਚੀ ਨੇ ਮਰੀ ਹੋਈ ਬੱਚੀ ਨੂੰ ਜਨਮ ਦਿੱਤਾ ਸੀ। ਅੰਮ੍ਰਿਤਸਰ ਦੇ ਵਿੱਚ ਇੱਕ ਰਿਟਾਇਰਡ ਪੁਲਿਸ ਅਫਸਰ ਨੇ ਆਤਮਦਾਹ ਦੀ ਧਮਕੀ ਦਿੱਤੀ ਹੈ ਅਤੇ ਤੁਸੀਂ ਹੈਰਾਨ ਹੋਵੋਗੇ ਜਾਣ ਕੇ ਇਸ ਪੁਲਿਸ ਅਫਸਰ ਵੱਲੋਂ ਕਿਉਂ ਧਮਕੀ ਦਿੱਤੀ ਗਈ, ਕਿਉਂਕਿ ਅੰਮ੍ਰਿਤਸਰ ਦੇ ਰਾਮਬਾਗ ਏਰੀਆ ਦੇ ਵਿੱਚ ਅਵੈਧ ਸ਼ਰਾਬ ਵਿਕ ਰਹੀ ਹੈ ਅਤੇ ਇਹ ਪੁਲਿਸ ਅਫਸਰ ਤੰਗ ਆ ਕੇ ਹੁਣ ਇਸ ਨੂੰ ਪ੍ਰਦਰਸ਼ਨ ਕਰਨਾ ਪਿਆ ਅਤੇ ਆਤਮਦਾਹ ਦੀ ਚੇਤਾਵਨੀ ਵੀ ਦੇ ਦਿੱਤੀ ਹੈ। ਉਹਦਾ ਕਹਿਣਾ ਕਿ ਜੇ ਇਲਾਕੇ ਦੇ ਵਿੱਚ 15 ਦਿਨਾਂ ਦੇ ਅੰਦਰ ਅੰਦਰ ਸ਼ਰਾਬ ਵੇਚਣ ਵਾਲਿਆਂ ਦੇ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਹ ਇਲਾਕਾ ਨਿਵਾਸੀਆਂ ਦੇ ਨਾਲ ਮਿਲ ਕੇ ਆਪਣੇ ਆਪ ਨੂੰ ਅੱਗ ਲਾ ਲੈਣਗੇ। ਉਹਨਾਂ ਦਾ ਕਹਿਣਾ ਕਿ ਸ਼ਰੇਆਮ ਖੁੱਲ੍ਹੀ ਜਿਹੜੀ ਹੈ ਇੱਥੇ ਸ਼ਰਾਬ ਵਿਕਦੀ ਹੈ, ਕੋਲ ਹੀ ਥਾਣਾ ਹੈ, ਪਰ ਅਫਸਰ ਜਿਹੜੇ ਹੈ ਥਾਣੇ ਦੇ ਜਿਹੜੇ ਪੁਲਿਸ ਕਰਮਚਾਰੀ ਨੇ ਉਹ ਪੈਸੇ ਲੈ ਕੇ ਚੁੱਪ ਹੋ ਜਾਂਦੇ ਨੇ। ਰਾਮਬਾਗ ਦੇ ਅੰਦਰ ਆਉਂਦਾ ਹੈ ਕੋਰਟ ਆਤਮਾ ਸਿੰਘ ਜਿੱਥੇ ਕਿ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦਾ ਕਹਿਣਾ ਕਿ ਸ਼ਰਾਬ ਵਿਕ ਰਹੀ ਹੈ ਪਰ ਪੁਲਿਸ ਜਿਹੜੀ ਹੈ ਕਾਰਵਾਈ ਕੋਈ ਨਹੀਂ ਕਰ ਰਹੀ। ਇਸ ਪੁਲਿਸ ਅਫਸਰ ਦਾ ਨਾਂ ਹੈਗਾ ਜਿਹੜੇ ਰਿਟਾਇਰ ਹੋ ਚੁੱਕੇ ਨੇ, SHO ਰਹਿ ਚੁੱਕੇ ਨੇ, ਅਸ਼ਵਨੀ ਸ਼ਰਮਾ। ਉਹਨਾਂ ਦਾ ਕਹਿਣਾ ਕਿ ਇਸੇ ਇਲਾਕੇ 'ਚ ਮੈਂ ਰਹਿੰਦਾ ਅਤੇ ਇਹਨੂੰ ਲੈ ਕੇ ਜਿਹੜੀ ਅਵੈਧ ਸ਼ਰਾਬ ਵਿਕ ਰਹੀ ਹੈ ਇਹਨੂੰ ਲੈ ਕੇ ਉਹ ਕਈ ਵਾਰ ਪੁਲਿਸ ਅਫਸਰਾਂ ਨੂੰ ਵੀ ਮਿਲ ਚੁੱਕੇ ਨੇ ਅਤੇ ਨਸ਼ੇ ਦਾ ਇੱਕ ਘਰ ਬਣਿਆ ਇਲਾਕਾ ਅਤੇ ਲੋਕਾਂ ਦਾ ਕਾਰੋਬਾਰ ਠੱਪ ਹੋ ਚੁੱਕਿਆ। ਇਲਾਕੇ ਦੀਆਂ ਭੈਣਾਂ ਬੱਚੀਆਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਸਾਹਮਣੇ ਸ਼ਰਾਬ ਵੇਖ ਲਈ ਨਹੀਂ ਤਾਂ ਤੁਸੀਂ ਏਦਾਂ ਕਰਨਾ, ਮਾਈਕ ਨਹੀਂ ਲੈ ਕੇ ਆਉਣਾ ਕਿਸੇ ਨੇ ਤੇ ਆਰਾਮ ਨਾਲ ਆ ਜਾਓ ਇੱਥੇ ਤੇ ਤੁਹਾਨੂੰ ਹੀ ਜੱਫਾ ਮਾਰ ਲਾਂਗੇ। ਮੇਰਾ ਭਤੀਜਾ ਕਰਨਲ ਆਰਮੀ 'ਚ, ਉਹ ਇੱਥੇ ਆਇਆ ਉਹਨੂੰ ਜੱਫਾ ਮਾਰ ਲਿਆ, ਕਿਹੜੀ ਲੈਣੀ ਜੇ? ਉਹ ਕਹਿੰਦਾ ਭਰਾ ਮੈਂ ਤਾਂ ਇੱਥੇ ਮਿਲਣਾ ਆ। ਮੈਂ ਗਿਆ, ਮੈਂ ਇਸ ਇਲਾਕੇ ਦਾ ਵਸਨੀਕ ਹਾਂ, ਮੈਨੂੰ ਜੱਫਾ ਮਾਰ ਲਿਆ, ਕਿਹੜੀ ਲੈਣੀ ਜੇ? ਇੱਥੇ ਆਊਟਸਾਈਡਰ ਇੰਨੇ ਲੋਕ ਆ ਚੁੱਕੇ ਨੇ, 5 ਜਾਂ 10 ਬੰਦੇ ਦੇ ਜਿਹੜੇ ਇੱਥੋਂ ਦੇ ਨੇ, ਅੱਗੋਂ 5-5 ਬੰਦੇ ਉਹਨਾਂ ਦੇ ਨੇ। ਇਹਨਾਂ ਬੰਦਿਆਂ ਨੇ ਇੰਨੀ ਕੁ ਜ਼ਿਆਦਾ ਬੁਰੀ ਹਾਲਤ ਕਰਤੀ ਹੈ ਵੀ ਸਾਡੇ ਲੋਕਾਂ ਨਾਲ ਜੀਣਾ ਜਿਹੜਾ ਖਤਮ ਕਰਤਾ। ਜੇ ਕੱਲ੍ਹ ਨੂੰ ਸਾਡਾ ਕੋਈ ਨੁਕਸਾਨ ਹੁੰਦਾ, ਇੱਥੋਂ ਦੇ ਲੋਕ ਜ਼ਿੰਮੇਵਾਰ, ਅਸੀਂ ਬੋਲਦੇ ਨਹੀਂ ਸੀ ਵੀ ਇਹਨਾਂ ਨੂੰ, ਅਸੀਂ ਵੀ ਡਰ ਹੈ ਇਹਨਾਂ ਨੂੰ, ਲੇਕਿਨ ਅਸੀਂ ਅੱਕ ਕੇ ਹੁਣ ਬੋਲੇ ਹਾਂ। ਜਿਹੜਾ ਬੋਲੇ ਉਹਨੂੰ ਕਿਸੇ ਨੂੰ ਇਹ ਛੁਰੀ ਮਾਰਨਗੇ ਜਾਂ ਉਹਨੂੰ ਕੋਈ ਜਿਹੜਾ ਗੋਲੀ ਮਾਰਨਗੇ। ਜੇਕਰ ਸਾਡਾ ਕਿਸੇ ਦਾ ਵੀ ਕੋਈ, ਇਹ ਜਿੰਨੀਆਂ ਫੈਮਲੀਆਂ ਇੱਥੇ ਇਕੱਠੀਆਂ ਹੋਈਆਂ ਨੇ, SHO ਰਾਮਬਾਗ, ਇਹਦਾ ਪ੍ਰਸ਼ਾਸਨ, ਭਗਵੰਤ ਮਾਨ ਸਰਕਾਰ, ਇਹਦੀ ਜ਼ਿੰਮੇਵਾਰ ਹੋਏਗੀ ਕਿਸੇ ਦਾ ਵੀ ਕੋਈ ਨੁਕਸਾਨ ਹੁੰਦਾ ਵਾ। ਉਹਨਾਂ ਨਾਲ ਵੀ ਮੁਲਾਕਾਤ ਹੋਈ ਹੈ ਜੀ। ਇਸ ਤੋਂ ਪਹਿਲਾਂ AC ਆਪਣਾ ਭੁੱਲਰ ਸਾਹਿਬ ਲੱਗੇ ਸੀਗੇ, ਉਹਨਾਂ ਦੇ ਧਿਆਨ 'ਚ ਸਾਰਾ ਸੌਦਾ ਲਿਆਂਦਾ ਗਿਆ, ਉਹਨਾਂ ਨੇ ਕਿਸੇ ਨੇ ਕੋਈ ਧਿਆਨ ਨਹੀਂ ਕੀਤਾ ਜੀ। ਕੋਈ CP ਸਾਹਿਬ ਨੂੰ ਪਰਸਨਲੀ ਮਿਲੇ ਸਾਂ ਜੀ, ਉਹਨਾਂ ਨੂੰ ਜਾ ਕੇ ਦੱਸ ਕੇ ਆਏ ਸਾਂ ਇਹ ਕੋਈ ਬਸ ਜਦੋਂ ਬਦਲਣ ਤੋਂ 2-3 ਦਿਨ ਪਹਿਲਾਂ ਦੀ ਗੱਲ ਆ। ਤੇ ਇਸ ਕਰਕੇ ਸਾਡੀ ਮੰਗ ਹੈ ਭਰਾ, ਜੇ ਸਾਨੂੰ ਬਚਾਉਣਾ ਵਾ ਇਹਨਾਂ ਲੋਕਾਂ ਨੂੰ, ਜੇ ਰੋਟੀ ਖਾਣ ਦੇਣੀ ਆ ਲੋਕਾਂ ਦੇ ਇੱਥੇ, ਭਗਵੰਤ ਮਾਨ ਸਰਕਾਰ ਜੁਰਮ ਨਹੀਂ ਵਧਾਉਣਾ ਚਾਹੁੰਦੀ ਤੇ ਸਾਨੂੰ ਰੱਬ ਦਾ ਵਾਸਤਾ ਸਾਨੂੰ ਅਮਨ ਮਾਨ ਨਾਲ ਸ਼ਾਂਤੀ ਨਾਲ ਕੰਮ ਕਰਨ ਦਿੱਤੇ ਜਾ। ਜਿਹੜੀ ਕਾਰਵਾਈ ਕਰਦੀ ਬਣੇ ਕਾਰਵਾਈ ਬਣੂ ਜੀ, ਹਾਂਜੀ ਜਿਹੜਾ ਲੈ ਲੈਂਦੇ ਜੀ ਆਪਣਾ ਜਿਹੜਾ ਮੈਂਬਰ ਲੈ ਲੈਂਦੇ। ਨਹੀਂ ਸਰ, ਅੱਜ ਤਾਂ ਮੈਂ ਅੱਜ ਤਾਂ ਪਹਿਲੇ ਦਿਨ ਆਇਆ ਜੀ, ਮੈਂ ਗੁਰੂ ਜੀ ਅੱਜ ਤੇ ਆਇਆ ਪਹਿਲੇ ਦਿਨ ਪੁਲਿਸ ਹੋਈ, ਮੈਂ ਹਾਜ਼ਰੀ ਪਾ ਕੇ ਆਇਆ ਅੱਜ ਹੀ ਮੈਂ ਸਿਰਫ ਇਹ ਹੈ ਕਿ ਜਦੋਂ ਜਿਵੇਂ ਜਿਵੇਂ ਕਾਰਵਾਈ ਆਪਣਾ ਨੋਟਿਸ ਚ ਆਉਂਦਾ ਅਸੀਂ ਨਾਕਾਬੰਦੀ ਵੀ ਕਰਦੇ ਹਾਂ। ਹਾਂਜੀ ਬਿਲਕੁਲ ਹੀ, ਮੈਨੂੰ ਵੀ ਸਰ ਥੋੜੀ ਦੇਰ ਹੋਈ ਇੱਥੇ ਆਇਆ ਨੂੰ, ਕੋਈ 2-4 ਮਹੀਨੇ ਹੋਏ ਆ।
ਸੈਕਿੰਡ ਇਹ ਹੈ ਕਿ ਅਸੀਂ ਇਹਨਾਂ ਦਾ ਜਿਹੜਾ ਸਿਕੰਜਾ ਕੱਸਿਆ ਹੋਇਆ ਨਾਕਾਬੰਦੀ ਡੇਲੀ ਇਹਦਾ ਨਾਕਾਬੰਦੀ ਕਰੀ ਦੀ ਆ, ਔਰ ਜਿੰਨੀ ਦੇਰ ਤੱਕ ਅਸੀਂ ਇੱਥੇ ਨਾਕਾਬੰਦੀ ਕਰਦੇ ਹਾਂ ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ ਸੀ, ਪਰ ਜਦੋਂ ਇਸ ਦੌਰਾਨ ਆਪਾਂ ਫੜਦੇ ਹਾਂ ਉਹਨਾਂ ਦੇ ਕਈ ਪਰਚੇ ਵੀ ਦਰਜ ਕੀਤੇ ਆ, ਇਵਨ ਮੈਂ ਵੀ ਲੇਟੈਸਟ ਥੋੜ੍ਹੀ ਦੇਰ ਨੂੰ ਹੋਇਆ ਪਰਚਾ ਦਰਜ ਕੀਤਾ। ਜਦੋਂ ਨਾਕਾ ਪੁਲਿਸ ਲਾਉਂਦੀ ਹੈ ਔਰ ਨਹੀਂ ਵੇਚਦੇ ਸ਼ਰਾਬ, ਜਦੋਂ ਪੁਲਿਸ ਚੱਲ ਜਾਂਦੀ ਫਿਰ ਕਾਰੋਬਾਰ ਉੱਦਾਂ ਹੀ ਚਾਲੂ ਹੋ ਜਾਂਦਾ ਜਿੱਦਾਂ ਮਕਬੂਲਪੁਰ ਹੈ, ਜਦੋਂ ਪੁਲਿਸ ਜਾਂਦੀ ਰੇਡ ਮਾਰਨ ਔਰ ਗੈਪ ਹੋ ਜਾਂਦੇ ਸਾਰੇ, ਉਹੀ ਹਾਲ ਇੱਥੇ ਆਰਾਮ। ਦੇਖੋ ਇਹ ਜਿਹੜੀ ਗੱਲ ਹੈ ਉਹ ਤੋਂ ਪੈਟਰੋਲਿੰਗ ਦੇ ਰਾਹੀਂ ਪੀਸੀਆਰ ਵਾਲਿਆਂ ਨੇ ਵੀ ਆਪਣਾ ਹਦਾਇਤਾਂ ਕੀਤੀਆਂ ਹੋਈਆਂ ਕਿ ਉਸ ਤੋਂ ਬਾਅਦ ਚੱਕਰ ਮਾਰਨਾ, ਉਸ ਤੋਂ ਬਾਅਦ ਜਦੋਂ ਰਾਤ ਨੂੰ ਪੈਸੇ ਲੈਂਦੇ ਸਾਰੇ ਜਾਣੇ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਸਰ, ਤੇ ਰੋਕ ਲਗਾ ਰਹੇ ਰੋਕ ਤੇ ਸਰ ਜੋ ਪੁਲਿਸ ਤੇ ਜੋ ਮਰਜ਼ੀ ਕਹੀ ਜਾਣ, ਲੇਕਿਨ ਜੋ ਲੇਟੈਸਟ ਜੇ ਪਰਸੋਂ ਪਰਚਾ ਦਰਜ ਕੀਤਾ, ਇਸ ਤੋਂ ਪਹਿਲਾਂ ਮੈਂ ਪਰਚਾ ਦਰਜ ਕੀਤਾ, ਉਸ ਤੋਂ ਇਲਾਵਾ ਹੋਰ ਵੀ ਜਿਹੜੇ ਪਰਚੇ ਆ ਸੱਚੋ ਸਾਹਿਬ ਵੀ ਬੜੀ ਮੁਸਤੈਦੀ ਨਾਲ ਇਸ ਬੰਨੇ ਧਿਆਨ ਉਹਨਾਂ ਦਾ, ਪਰ ਇਹਨਾਂ ਨੇ ਕਿਹਾ ਜੀ ਜੇ 15 ਦਿਨ ਅੰਦਰ ਨਾ ਕੋਈ ਕਾਰਵਾਈ ਹੋਈ ਤੇ ਆਤਮਦਾਹ ਕਰਾਂਗੇ ਅਸੀਂ। ਦੇਖੋ ਜੀ ਇਹ ਚੀਜ਼ ਨੂੰ ਅਸੀਂ ਬੜੀ ਗੰਭੀਰਤਾ ਦੇ ਨਾਲ ਲੈ ਰਹੇ ਹਾਂ, ਸੀਰੀਅਸ ਲਵਾਂਗੇ ਔਰ ਹੋਰ ਪਹਿਲੇ ਵੀ ਲਿਆ ਹੋਰ ਵੀ ਗਾਂ ਲੈ ਕੇ ਤੇ ਕਾਰਵਾਈ ਕਰਦੇ ਹਾਂ। ਹੱਲ ਹੋਇਆ ਆਪਣੇ ਆਪ ਨੂੰ ਅਸੀਂ ਅੱਗਾ ਲਾਵਾਂਗੇ ਇੱਥੇ ਹੀ। ਦੇਖੋ ਸਰ ਇਹ ਅਸੀਂ ਹੋਰ ਵੀ ਜ਼ਿਆਦਾ ਸੀਰੀਅਸ ਇਹ ਮੈਟਰ ਨੂੰ ਲੈ ਕੇ ਅਸੀਂ ਇਹਨਾਂ ਤੇ ਸਕੰਜਾ ਕੱਸ ਕੇ ਤੇ ਕਾਰਵਾਈ ਕਰਾਂਗੇ ਔਰ ਵਿਸ਼ਵਾਸ ਦਵਾਉਂਦੇ ਹਾਂ ਕਿ ਅਸੀਂ ਕੋਈ ਗੱਲ ਨਹੀਂ ਹੋਣ ਦੇਵਾਂਗੇ। ਠੀਕ ਹਾਂਜੀ। ਹੁਣ ਸਵਾਲ ਇਹ ਹੈ ਕਿ ਕੀ ਹੁਣ ਜਿਹੜੇ ਰਿਟਾਇਰਡ ਪੁਲਿਸ ਅਫਸਰਾਂ ਨੂੰ ਵੀ ਇਨਸਾਫ ਲੈਣ ਵਾਸਤੇ ਜਾਂ ਨਸ਼ੇ ਦੇ ਖਿਲਾਫ ਕਾਰਵਾਈ ਕਰਾਉਣ ਵਾਸਤੇ ਧਰਨੇ ਲਾਉਣੇ ਪੈਣਗੇ, ਆਪਣੀ ਹੀ ਪੁਲਿਸ ਨੂੰ ਕਟਗਰੇ 'ਚ ਖੜਨਾ ਪਏਗਾ, ਖੜੇ ਕਰਨਾ ਪਏਗਾ, ਕਿਉਂਕਿ ਜਿਸ ਤਰ੍ਹਾਂ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ, ਤੁਹਾਨੂੰ ਇਹ ਵੀ ਯਾਦ ਹੋਣਾ ਕੁਛ ਦਿਨ ਪਹਿਲਾਂ ਉਹਨਾਂ ਨੇ ਪੁਲਿਸ ਅਫਸਰਾਂ ਨਾਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ ਸੀ ਅਤੇ ਆਖਿਆ ਸੀ ਜੇ ਤੁਹਾਡੇ ਇਲਾਕੇ ਦੇ ਵਿੱਚ ਕੋਈ ਭ੍ਰਿਸ਼ਟਾਚਾਰ ਕਰਦਾ, ਕੋਈ ਨਸ਼ਾ ਵਿਕਦਾ, ਉਹਦੀ ਜ਼ਿੰਮੇਵਾਰੀ ਤੁਹਾਡੀ ਹੋਏਗੀ। ਪਰ ਇੱਥੇ ਤੁਸੀਂ ਦੇਖੋ ਮਾਨ ਸਾਹਿਬ, ਇੱਕ ਰਿਟਾਇਰਡ ਪੁਲਿਸ ਇੰਸਪੈਕਟਰ ਆਪਣੀ ਹੀ ਪੁਲਿਸ 'ਤੇ ਕਿਸ ਤਰ੍ਹਾਂ ਆਰੋਪ ਲਾ ਰਿਹਾ ਕਿ ਸ਼ਰੇਆਮ ਸ਼ਰਾਬ ਵਿਕਦੀ ਹੈ, ਨਸ਼ਾ ਵਿਕ ਰਿਹਾ, ਪਰ ਪੁਲਿਸ ਪੈਸੇ ਲੈ ਕੇ ਚੁੱਪ ਹੋ ਜਾਂਦੀ ਹੈ। ਸਵਾਲ ਬਹੁਤ ਵੱਡੇ ਨੇ ਜਿਹੜੇ ਕਿ ਪੰਜਾਬ ਸਰਕਾਰ ਦੇ ਉੱਤੇ ਲੱਗ ਰਹੇ ਨੇ ਇਸ ਵੇਲੇ, ਤਾਂ ਵੈਸੇ ਪੰਜਾਬ ਸਰਕਾਰ ਦੇ ਇੱਕ ਮੰਤਰੀ ਵੀ ਜਿਹੜੇ ਕਿ ਉਹ ਵੀ ਕਿਤੇ ਫਸਦੇ ਦਿਖ ਰਹੇ ਨੇ, ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਉਸ ਨੂੰ ਲੈ ਕੇ ਕੋਈ ਬਿਆਨ ਨਹੀਂ ਆਇਆ। ਸਾਡੀ ਤਾਂ ਬੇਨਤੀ ਹੈ ਕਿ ਜਿਹੜੇ ਵੀ ਆਰੋਪ ਇੱਕ ਇੰਸਪੈਕਟਰ ਵੱਲੋਂ, ਮਹਿਲਾ ਇੰਸਪੈਕਟਰ ਵੱਲੋਂ, ਅਮਨਜੋਤ ਕੌਰ ਵੱਲੋਂ, ਹਰਜੋਤ ਬੈਂਸ ਅਤੇ ਉਹਨਾਂ ਦੀ ਧਰਮਪਤਨੀ IPS ਅਧਿਕਾਰੀ ਜੋਤੀ ਯਾਦਵ 'ਤੇ ਲਾਏ ਗਏ ਨੇ, ਉਹਨਾਂ ਦੀ ਛੇਤੀ ਤੋਂ ਛੇਤੀ ਜਾਂਚ ਹੋਣੀ ਚਾਹੀਦੀ ਹੈ ਅਤੇ ਸੱਚ ਸਾਹਮਣੇ ਆਉਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਗਲਤ ਕੌਣ ਹੈ। ਸਾਨੂੰ ਦਿਓ ਇਜਾਜ਼ਤ, ਕੱਲ੍ਹ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ, ਤਦ ਤੱਕ ਸਤਿ ਸ਼੍ਰੀ ਅਕਾਲ, ਨਮਸਕਾਰ।